ਪੰਜਾਬ ਇੱਕ ਗੁਰੂਆਂ ਪੀਰਾਂ ਦੀ ਧਰਤੀ ਹੈ ਤੇ ਇੱਥੇ ਹਰ ਇੱਕ ਤਿਥ ਤਿਉਹਾਰ ਬੜੇ ਹੀ ਚਾਅ ਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਤੇ ਇਹੋ ਜਿਹਾ ਇੱਕ ਤਿਉਹਾਰ ਹੈ ਲੋਹੜੀ ਜਿਸ ਨੂੰ ਕਿ ਮਕਰ ਸੰਕ੍ਰਾਂਤੀ ਵੀ ਕਿਹਾ ਜਾਂਦਾ ਹੈ ਤੇ ਅੱਜ ਅਸੀਂ ਗੱਲ ਵੀ ਲੋਹੜੀ ਦੇ ਬਾਰੇ ਹੀ ਕਰਾਂਗੇ। ਹਾਲ ਹੀ ਦੇ ਵਿੱਚ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਰਜਿਸਟਰਡ ਮੋਹਾਲੀ ਵੱਲੋਂ ਮੋਹਾਲੀ ਵਿਖੇ ਇੱਕ ਲੋਹੜੀ ਦਾ ਮੇਲਾ ਕਰਵਾਇਆ ਗਿਆ ਜਿਸ ਵਿੱਚ ਕਿ ਵੱਖ ਵੱਖ ਪੰਜਾਬੀ ਗਾਇਕਾਂ ਨੇ ਆ ਕੇ ਇਸ ਮੇਲੇ ਦੀ ਸ਼ਾਨ ਵਧਾਈ। ਇਸ ਮੇਲੇ ਦੇ ਵਿੱਚ ਪਹੁੰਚਣ ਵਾਲੇ ਕਲਾਕਾਰਾਂ ਦੇ ਵਿੱਚ ਫਿਲਮੀ ਅਦਾਕਾਰ ਬਾਲਮੁਕੰਦ ਸ਼ਰਮਾ, ਸ਼ਹਿਰ ਪਟਿਆਲੇ ਦੇ ਗੀਤ ਵਾਲੇ ਬਾਈ ਹਰਦੀਪ, ਗੁਰਕਿਰਪਾਲ ਸੁਰਾਪੁਰੀ, ਗੁਰਤੇਜ ਤੇਜ, ਸੱਤੀ ਤੇ ਟਿਕਟੋਕ ਸਟਾਰ ਗੋਪੀ ਲੌਂਗੀਆ, ਬੌਬੀ ਬਾਜਵਾ, ਹਰਿੰਦਰ ਹਰ ਅਤੇ ਹੋਰ ਕਈ ਗਾਇਕਾਂ ਨੇ ਆਪਣੇ ਗੀਤਾਂ ਦੇ ਨਾਲ ਇਸ ਮੇਲੇ ਵਿੱਚ ਰੌਣਕਾਂ ਲਗਾਈਆਂ। ਮੈਂ ਤਾਂ ਐਵੇਂ ਆਖਿਆ ਸੀ ਮਿਲ ਲਈਓ ਹੁਣ, ਮੈਨੂੰ ਕੀ ਪਤਾ ਸੀ ਮੇਰਾ ਰੁੱਸੇ ਜੋਗਾ ਸੋਹਣਾ। ਕਦੇ ਹੌਸਲਾ ਨਾ ਹਾਰੀ ਕਰ ਜਿਗਰਾ ਤਾਂ ਤੀ ਲੱਗੂਗਾ ਟਿਕਾਣੇ ਚੱਲ ਚੱਕ ਲੈ ਕਮਾਣੇ ਅੱਜ ਕੇ ਦਿਨ ਖੁਲਾ ਕਰ ਲੈ ਇੱਕ ਦਿਨ ਲੱਗੀ ਆਏ ਸ਼ਹਿਰ ਪਟਿਆਲੇ ਦੇ ਪਿੰਡ ਮੁੱਠ ਫੁੱਟ ਗੱਭਰੂ ਨੇ ਸੋਹਣੇ ਪੱਗਾਂ ਕੋ ਦੁਨੀਆ ਪੱਗਾਂ ਕੋ ਦੁਨੀਆ ਪਰ ਦਿਲਾਂ ਵੱਟ ਦਿਲ ਨੇ ਵਟਾਉਣੇ ਸ਼ਹਿਰ ਪਟਿਆਲੇ। ਸੱਭਿਆਚਾਰਕ ਮੰਚ ਦੇ ਮੈਂਬਰਾਂ ਦੇ ਵਿੱਚੋਂ ਚੇਅਰਮੈਨ ਜਸਵਿੰਦਰ ਜੱਸੀ, ਪ੍ਰਧਾਨ ਨਿਰੰਜਨ ਸਿੰਘ ਲਹਿਲ ਅਤੇ ਕਲੱਬ ਦੇ ਬਾਕੀ ਮੈਂਬਰਾਂ ਨੇ ਦੱਸਿਆ ਕਿ ਇਹ ਮੇਲਾ ਹਰ ਸਾਲ ਮੋਹਾਲੀ ਵਿੱਚ ਵੱਖ ਵੱਖ ਜਗ੍ਹਾ ਉੱਤੇ ਕਰਵਾਇਆ ਜਾਂਦਾ ਹੈ ਤੇ ਇਸ ਸਾਲ ਇਹ ਮੇਲਾ ਮੋਹਾਲੀ ਵਿੱਚ ਪੈਂਦੇ ਸੈਕਟਰ 68 ਦੇ ਸਿਟੀ ਪਾਰਕ ਵਿੱਚ ਕਰਵਾਇਆ ਗਿਆ ਜਿੱਥੇ ਕਿ ਲੋਕਾਂ ਵੱਲੋਂ ਕਾਫੀ ਭਰਵਾਂ ਹੁੰਗਾਰਾ ਵੀ ਮਿਲਿਆ। ਅਖੀਰ ਚੈਨਲ 17 ਦੀ ਪੂਰੀ ਟੀਮ ਵੱਲੋਂ ਬੋਲ ਪੰਜਾਬ ਦੇ ਸੱਭਿਆਚਾਰਕ ਮੰਚ ਦੇ ਸਾਰੇ ਕਲੱਬ ਮੈਂਬਰਾਂ ਨੂੰ ਇਸ ਮੇਲੇ ਦੀ ਕਾਮਯਾਬੀ ਦੇ ਲਈ ਬਹੁਤ ਬਹੁਤ ਸ਼ੁਭਕਾਮਨਾਵਾਂ ਤੇ ਚੈਨਲ 17 ਦੇ ਸਾਰੇ ਹੀ ਦਰਸ਼ਕਾਂ ਨੂੰ ਲੋਹੜੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ। ਹੈਲੋ, ਹਾਈ, ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਕੀ ਹਾਲ ਚਾਲ? ਅੱਜ ਲੋਹੜੀ ਦੇ ਫੰਕਸ਼ਨ ਤੇ ਅਸੀਂ ਬਹੁਤ ਇੰਜੋਏ ਕਰ ਰਹੇ ਹਾਂ, ਭੰਗੜੇ ਪਾ ਰਹੇ ਹਾਂ, ਬੋਲੀਆਂ ਪਾ ਰਹੇ ਹਾਂ ਐਂਡ ਸਾਰਿਆਂ ਵੱਲੋਂ ਵੀ ਵਿਸ਼ ਯੂ ਆ ਹੈਪੀ ਲੋਹੜੀ। ਹੈਪੀ ਲੋਹੜੀ। ਬਿਊਰੋ ਰਿਪੋਰਟ, ਚੈਨਲ 17, ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 17.com।